ਤੇਰੇ ਨਾਲ ਮੁਲਾਕਾਤਾਂ ਰੱਬ ਵੱਲੋਂ ਲਿਖ ਹੋਈਆਂ ਏ ਨੀ। ਮਾਂ ਬੱਚੇ ਨੂੰ ਜਨਮ ਦੇ ਕੇ ਚਲੀ ਗਈ ਸੀ ਕੈਨੇਡਾ ਤੇ ਜਦੋਂ ਮਿਲੀ ਤਾਂ ਮਾਰਨ ਲੱਗੀ ਤਾਂ ਹਾਂ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਮਾਂ ਆਪਣੇ ਛੋਟੇ ਜਿਹੇ ਬੱਚੇ ਨੂੰ ਗੋਦੀ ਵਿੱਚ ਚੱਕ ਕੇ ਰੋ ਰਹੀ ਹੈ। ਦਰਅਸਲ ਇਹ ਲੜਕੀ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕੈਨੇਡਾ ਚਲੀ ਗਈ ਸੀ ਅਤੇ ਹੁਣ 1 ਸਾਲ ਬਾਅਦ ਆਪਣੇ ਬੱਚੇ ਨੂੰ ਮਿਲੀ ਹੈ ਅਤੇ ਉਸਦਾ ਰੋਣਾ ਦੇਖਿਆ ਨਹੀਂ ਜਾਂਦਾ। ਸੋ ਇਹ ਹੁਣ ਦੇ ਸਮੇਂ ਦਾ ਅਜਿਹਾ ਕੌੜਾ ਸੱਚ ਹੈ ਕਿ ਕੋਈ ਤਾਂ ਮਜਬੂਰੀ ਵਿੱਚ ਆਪਣੇ ਅਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਵਿਦੇਸ਼ਾਂ ਵਿੱਚ ਜਾਂਦਾ ਹੈ ਅਤੇ ਕੋਈ ਇੱਕ ਦੂਜੇ ਦੇ ਪਿੱਛੇ ਲੱਗ ਕੇ ਰੀਸ ਕਰਕੇ ਵਿਦੇਸ਼ਾਂ ਵਿੱਚ ਜਾਂਦਾ ਹੈ। ਸੋ ਵਿਦੇਸ਼ਾਂ ਵਿੱਚ ਜਾਣ ਵਾਲੇ ਮਾਪਿਆਂ ਦੇ ਜੋ ਬੱਚੇ ਪਿੱਛੇ ਇੰਡੀਆ ਵਿੱਚ ਨਾਨਾ ਨਾਨੀ ਜਾਂ ਦਾਦਾ ਦਾਦੀ ਕੋਲ ਰਹਿ ਜਾਂਦੇ ਨੇ, ਉਹਨਾਂ ਦਾ ਕੀ ਕਸੂਰ ਹੈ ਕਿ ਉਹਨਾਂ ਦਾ ਬਚਪਨ ਮਾਂ ਪਿਓ ਦੇ ਲਾਡਾਂ ਅਤੇ ਚਾਵਾਂ ਤੋਂ ਬਿਨਾਂ ਲੰਘਦਾ ਹੈ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜ਼ਰੂਰ ਕਰਿਓ। ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।